ਸੋ ਹੈਲੋ एवरीवन वेलकम टू द ਟੈਟ ਬਜ਼ਰ ਐਜੂਕੇਸ਼ਨਲ ਪਲੈਟਫਾਰਮ ਮਾਈ ਨੇਮ ਇਜ਼ ਕਰਨ ਐਂਡ ਅੱਜ ਆਪਾਂ ਟਾਰਗੇਟ ਐਂਟੀਟੀ 8393 ਦੇ ਅੰਡਰ ਕਰੰਟ ਅਫੇਅਰਸ ਦੇ ਪਾਰਟ ਸੀ ਵਿੱਚ ਮਿਲ ਰਹੇ ਹਾਂ ਠੀਕ ਹੈ ਜੀ ਐਂਡ ਇਸ ਵਿੱਚ ਆਪਾਂ ਫਰਵਰੀ ਦਾ ਸਾਰਾ ਹੀ ਨਿਚੋੜ ਕਰਾਂਗੇ ਜੀ ਅਤੇ ਜੋ ਕਿ ਇੱਕ ਐਮਸੀਕਿਊਜ਼ ਦੀ ਫਾਰਮ ਵਿੱਚ ਹੋਏਗਾ ਸੋ ਆਪਨ ਟੌਪਿਕ ਹੈ ਜੀ ਕਰੰਟ ਅਫੇਅਰਸ ਫ੍ਰੋਮ 20th ਫੈਬਰੂਰੀ ਟੂ 28 ਫੈਬਰੂਰੀ ਠੀਕ ਹੈ ਜੀ ਸੋ ਇਹ ਆਪਣੇ ਕੁਝ ਕੋਰਸ ਹਨ ਜਿਨ੍ਹਾਂ ਬਾਰੇ ਤੁਸੀਂ ਟੈਟ ਬਜ਼ਰ ਦੇ ਅਫੀਸ਼ੀਅਲ ਐਪਲੀਕੇਸ਼ਨ ਤੇ ਜਾ ਕੇ ਪਤਾ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਪੀਐਸ ਟੈਟ ਪੇਪਰ 1 ਦਾ ਵੀ ਕੋਰਸ ਚੱਲ ਰਿਹਾ ਹੈ ਪੇਪਰ 2 ਦਾ ਐਸਐਸ ਦਾ ਵੀ ਕੋਰਸ ਚੱਲ ਰਿਹਾ ਹੈ ਅਤੇ ਮੈਥ ਐਂਡ ਸਾਇੰਸ ਦਾ ਵੀ ਇੱਕ ਕੰਬਾਈਨ ਕੋਰਸ ਚੱਲ ਰਿਹਾ ਹੈ ਜੋ ਅਤੇ ਜੋ ਆਪਣਾ ਟਾਰਗੇਟ ਹੈ 83 93 ਐਨਟੀਟੀ ਦਾ ਕੋਰਸ ਉਹ ਵੀ ਚੱਲ ਰਿਹਾ ਹੈ ਜੀ ਠੀਕ ਹੈ ਸੋ ਫਰਸਟ ਕੁਐਸਚਨ ਹੈ ਜੀ ਆਪਣਾ ਰੀਸੈਂਟਲੀ ਡੈਥ ਅਨਿਵਰਸਰੀ ਆਫ ਭਾਰਤ ਰਤਨ ਮੋਲਾਨਾ ਅਬੁਲ ਕਲਾਮ ਆਜ਼ਾਦ ਵਾਸ ਅਬਜ਼ਰਵਡ ਸੋ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਦੀ ਡੈਥ ਐਨੀਵਰਸਰੀ ਮਨਾਈ ਗਈ ਸੀ ਠੀਕ ਹੈ ਆਪਾਂ ਦੱਸਣਾ ਹੈ ਕਿ ਉਹ ਸੁਤੰਤਰ ਭਾਰਤ ਦੇ ਪਹਿਲੇ ਕੀ ਸਨ ਸੁਤੰਤਰ ਭਾਰਤ ਦੇ ਉਹ ਪਹਿਲੇ ਕੀ ਸਨ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਸੁਤੰਤਰ ਭਾਰਤ ਦੇ ਪਹਿਲੇ ਐਜੂਕੇਸ਼ਨ ਮਨਿਸਟਰ ਸਨ ਸੋ ਤੁਹਾਡੀ ਐਜੂਕੇਸ਼ਨ ਹੀ ਫੀਲਡ ਹੈ ਸੋ ਤੁਸੀਂ ਯਾਦ ਕਰਨਾ ਹੈ ਕਿ ਭਾਰਤ ਰਤਨ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਭਾਰਤ ਦੇ ਪਹਿਲੇ ਐਜੂਕੇਸ਼ਨ ਮਨਿਸਟਰ ਸਨ ਠੀਕ ਹੈ ਜੀ ਸੋ ਨੈਕਸਟ ਕੁਐਸਚਨ ਇਜ਼ which among of the following is india's biggest trade partner in the first half of the financial year 2021 so 2021 they first half which theek hai india da sab to wadda trade partner kon ban gaya hai so dobara china china india da largest trade partner ban gaya hai jisne us nu pichhad ditta hai theek hai us nu piche karke china has become the india's largest trade partner theek hai ate ਚਾਈਨਾ ਨਾਲ ਆਪਣਾ ਟ੍ਰੇਡ ਡੈਫਿਸਿਟ ਵੀ ਬਹੁਤ ਜ਼ਿਆਦਾ ਹੈ ਬਹੁਤ ਸਾਰਾ ਵਪਾਰ ਘਟਾ ਹੈ ਠੀਕ ਹੈ ਜੀ ਸੋ ਦਾ ਫਾਊਂਡੇਸ਼ਨ ਆਫ ਫਸਟ ਸਕਿੱਲ ਯੂਨੀਵਰਸਿਟੀ ਆਫ ਈਸਟਰਨ ਇੰਡੀਆ ਸੋ ਈਸਟਰਨ ਇੰਡੀਆ ਜੋ ਕਿ ਸੈਵਨ ਸਿਸਟਰ ਸਟੇਟਸ ਹਨ ਜਿਵੇਂ ਆਪਣੇ ਆਸਾਮ ਮਨੀਪੁਰ ਮਗਾਲਿਆ ਤ੍ਰਿਪੁਰਾ ਅਰਨਾਚਲ ਪ੍ਰਦੇਸ਼ ਸੈਪਟਾ ਠੀਕ ਹੈ ਈਸਟਰਨ ਇੰਡੀਆ ਵਿੱਚ ਇੱਕ ਸਕਿੱਲ ਯੂਨੀਵਰਸਿਟੀ ਸਕਿੱਲ ਯੂਨੀਵਰਸਿਟੀ ਦੀ ਨੀਂਹ ਰੱਖੀ ਗਈ ਹੈ ਸਕਿੱਲ ਯੂਨੀਵਰਸਿਟੀ ਦੀ ਨੀਂਹ ਰੱਖੀ ਗਈ ਹੈ ਕਿੱਥੇ ਜੀ ਆਸਾਮ ਵਿੱਚ ਆਸਾਮ ਵਿੱਚ ਕੀ ਰੱਖੀ ਗਈ ਹੈ ਜੀ ਸਕਿੱਲ ਯੂਨੀਵਰਸਿਟੀ ਦੀ ਨੀ ਰੱਖੀ ਗਈ ਹੈ ਸੋ ਵਿਚ ਕੰਟਰੀ ਹੈਜ਼ ਲੋਸਟ ਕਰੋਨਾ ਵਾਇਰਸ ਗ੍ਰੀਨ ਪਾਸ ਸੋ ਜਿਨ੍ਹਾਂ ਨੂੰ ਕਰੋਨਾ ਵਾਇਰਸ ਦੀ ਵੈਕਸੀਨ ਲੱਗ ਗਈ ਹੈ ਠੀਕ ਹੈ ਵੈਕਸੀਨ ਲੱਗ ਗਈ ਹੈ ਉਹਨਾਂ ਵਾਸਤੇ ਹੁਣ ਇੱਕ ਐਂਟਰੀ ਪਾਸ ਦੀ ਤਰ੍ਹਾਂ ਇੱਕ ਗ੍ਰੀਨ ਪਾਸ ਬਣਾਇਆ ਹੈ ਕਿਸ ਨੇ ਬਣਾਇਆ ਹੈ ਜੀ ਇਜ਼ਰਾਈਲ ਇਜ਼ਰਾਈਲ ਕੰਟਰੀ ਨੇ ਲਾਂਚ ਕੀਤਾ ਹੈ ਠੀਕ ਹੈ ਸੋ ਕਿਹੜਾ ਖਾੜੀ ਦੇਸ਼ ਹਾਲ ਹੀ ਦੇ ਵਿੱਚ ਔਰਤਾਂ ਨੂੰ ਫੌਜ ਵਿੱਚ ਭਰਤੀ ਹੋਣ ਦਾ ਅਧਿਕਾਰ ਦੇ ਦਿੱਤਾ ਹੈ ਕਿਹੜੇ ਖਾੜੀ ਦੇਸ਼ ਨੇ ਦਿੱਤਾ ਹੈ ਜੀ ਸੋ ਸਾਊਦੀ ਅਰੇਬੀਆ ਨੇ ਹਾਲ ਹੀ ਦੇ ਵਿੱਚ ਔਰਤਾਂ ਨੂੰ ਵੀ ਫੌਜ ਵਿੱਚ ਭਰਤੀ ਹੋਣ ਦਾ ਅਧਿਕਾਰ ਦੇ ਦਿੱਤਾ ਹੈ ਸੋ ਵਿਚ ਆਫ ਦਾ ਫਾਲੋਇੰਗ ਅਫਰੀਕਨ ਨੇਸ਼ਨ ਠੀਕ ਹੈ ਕਿਹੜੇ ਅਫਰੀਕਨ ਨੇਸ਼ਨ ਨੇ ਇਨ੍ਹਾਂ ਵਿੱਚੋਂ ਕਿਹੜੇ ਅਫਰੀਕਨ ਦੇਸ਼ ਨੇਸ਼ਨ ਨੇ ਇੰਡੀਆ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕੀਤਾ ਹੈ ਫ੍ਰੀ ਟ੍ਰੇਡ ਐਗਰੀਮੈਂਟ ਜਿਵੇਂ ਇੱਥੇ ਆਪਣਾ ਇਹ ਆਪਣਾ ਹੈਗਾ ਹੈ ਜੀ अफ्रीका ਇੱਥੇ ਇੱਕ ਆਈਲੈਂਡ ਹੈ ਤੇ ਇੱਥੇ ਇਹ ਆਪਣਾ ਇੰਡੀਆ ਹੈ ਠੀਕ ਹੈ ਇੱਥੇ ਇੱਕ ਆਈਲੈਂਡ ਇਹਦਾ ਨਾਮ ਕੀ ਹੈ ਜੀ ਮੋਰੀਸ਼ੀਅਸ ਮੋਰੀਸ਼ੀਅਸ ਇੱਕ ਆਫਰੀਕਾ ਅਫਰੀਕਨ ਕੰਟੀਨੈਂਟ ਵਿੱਚ ਹੀ ਇਸ ਨੂੰ ਆਪਾਂ ਮੰਨਦੇ ਹਾਂ ਠੀਕ ਹੈ ਐਨਏ ਆਪਣੇ ਨਾਲ ਕੀ ਕੀਤਾ ਹੈ ਜੀ ਇੱਕ ਟ੍ਰੇਡ ਐਗਰੀਮੈਂਟ ਕੀਤਾ ਹੈ ਐਗਰੀਮੈਂਟ ਦੇ ਅੰਦਰ ਜੋ ਮੋਰੀਸ਼ੀਅਸ ਤੋਂ ਆਪਾਂ ਨੂੰ ਗੁੱਡਸ ਆਉਣਗੀਆਂ ਆਪਾਂ ਉਹਨਾਂ ਤੇ ਟੈਰਿਫ ਕੱਟ ਕਰਾਂਗੇ ਟੈਕਸ ਕੱਟ ਲਵਾਂਗੇ ਅਤੇ ਆਪਣੀਆਂ ਆਪਣਾ ਜੋ ਵੀ ਇੱਥੇ ਜਾਏਗਾ ਉਹਨਾਂ ਦੇ ਤੇ ਵੀ ਹੋਰ ਟੈਕਸ ਕੱਟ ਲੈਣਗੇ ਠੀਕ ਹੈ ਸੋ ਅੰਤਰਰਾਸ਼ਟਰੀ ਚਿੰਤਨ ਦਿਵਸ ਹਾਲ ਹੀ ਦੇ ਵਿੱਚ ਅੰਤਰਰਾਸ਼ਟਰੀ ਚਿੰਤਨ ਦਿਵਸ ਮਨਾਇਆ ਗਿਆ ਹੈ ਤੁਸੀਂ ਦੱਸਣਾ ਹੈ ਕਿ ਅੰਤਰਰਾਸ਼ਟਰੀ ਚਿੰਤਨ ਦਿਵਸ ਕਦੋਂ ਮਨਾਇਆ ਗਿਆ ਹੈ ਸੋ ਅੰਤਰਰਾਸ਼ਟਰੀ ਚਿੰਤਨ ਦਿਵਸ ਮਨਾਇਆ ਗਿਆ ਹੈ ਜੀ 22 ਫਰਵਰੀ ਨੂੰ 22 ਫਰਵਰੀ ਨੂੰ ਸੋ ਰੀਸੈਂਟਲੀ ਵਿਚ ਸਟੇਟ ਗਵਰਨਮੈਂਟ ਅਪਰੂਵਡ ਦਾ ਬਿਲ ਰਿਲੇਟਡ ਟੂ ਦਾ ਸ਼ੇਅਰ ਆਫ ਊਮਨ ਇਨ ਹਰ ਪੈਟਰਨਲ ਪ੍ਰੋਪਰਟੀ ਸੋ ਪਤੀ ਦੀ ਜੱਦੀ ਜਾਇਦਾਦ ਵਿੱਚ ਔਰਤਾਂ ਦੇ ਹਿੱਸੇ ਨਾਲ ਸੰਬੰਧਿਤ ਬਿਲ ਨੂੰ ਮਨਜ਼ੂਰੀ ਕਿੱਥੇ ਮਿਲੀ ਹੈ ਪਤੀ ਦੀ ਜੱਦੀ ਜਾਇਦਾਦ ਵਿੱਚ ਔਰਤਾਂ ਦੇ ਹਿੱਸੇ ਨਾਲ ਸੰਬੰਧਿਤ ਬਿੱਲ ਨੂੰ ਮਨਜ਼ੂਰੀ ਮਿਲੀ ਹੈ ਜੀ ਉੱਤਰਾਖੰਡ ਵਿੱਚ ਉੱਤਰਾਖੰਡ ਵਿੱਚ ਠੀਕ ਹੈ ਉੱਤਰਾਖੰਡ ਦੀ ਸਾਡੇ ਕੋਲ ਸਮਰキャਪੀਟਲ ਪੁੱਛਣਗੇ ਜੀ ਗੇਅਰਸਨ ਠੀਕ ਹੈ ਸੋ ਰੀਸੈਂਟਲੀ ਨਰਿੰਦਰ ਮੋਦੀ ਸਟੇਡੀਅਮ ਜਿਸ ਦਾ ਪਹਿਲੇ ਨਾਮ ਕੀ ਸੀ ਮੋਟੇਰਾ ਸਟੇਡੀਅਮ ਤੁਹਾਨੂੰ ਸਭ ਨੂੰ ਪਤਾ ਹੈ ਇਸ ਦਾ ਨਾਮ ਕੀ ਹੋ ਗਿਆ ਹੈ ਜੀ ਚੇਂਜ ਕਰ ਦਿੱਤਾ ਗਿਆ ਠੀਕ ਹੈ ਐਂਡ ਇਹ ਹੁਣ ਬਣ ਗਿਆ ਹੈ ਜੀ ਵਰਲਡ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਠੀਕ ਹੈ ਵਰਲਡ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਇੱਥੇ ਹੁਣ ਆਪਾਂ ਦੱਸਣਾ ਹੈ ਕਿ ਇਸ ਨੇ ਕਿਹ ਸਟੇਡੀਅਮ ਨੂੰ ਪਛਾੜਿਆ ਸੋ ਇਸ ਨੇ ਪਛਾੜਿਆ ਜੀ ਐਮਸੀਜੀ ਨੂੰ ਐਮਸੀਜੀ ਦਾ ਮਤਲਬ ਮੈਲਬੌਰਨ ਕ੍ਰਿਕਟ ਗਰਾਊਂਡ ਜੋ ਕਿ ਆਸਟ੍ਰੇਲੀਆ ਦਾ ਸੀਗਾ ਸਭ ਤੋਂ ਵੱਡਾ ਕ੍ਰਿਕਟ ਗਰਾਊਂਡ ਇਹ ਹੁਣ ਆ ਗਿਆ ਜੀ ਸੈਕੰਡ ਨੰਬਰ ਤੇ ਤੇ ਫਰਸਟ ਕੌਣ ਹੋ ਗਿਆ ਹੈ ਜੀ ਆਪਣਾ ਨਰਿੰਦਰ ਮੋਦੀ ਸਟੇਡੀਅਮ ਠੀਕ ਹੈ ਜੀ ਐਂਡ ਰੀਸੈਂਟ ਪ੍ਰੈਜ਼ੀਡੈਂਟ ਆਫ ਅਮਰੀਕਾ ਜੋ ਬਾਈਡਨ ਜੋ ਬਾਈਡਨ ਅਮਰੀਕਾ ਦੇ ਕਿੰਨੇ ਨੰਬਰ ਦੇ ਪ੍ਰੈਜ਼ੀਡੈਂਟ ਹਨ ਜੀ 46th ਠੀਕ ਹੈ ਉਹਨਾਂ ਨੇ ਇੱਕ ਕੋਵੈਕਸ ਇਨੀਸ਼ੀਏਟਿਵ ਵਿੱਚ ਕਿੰਨਾ ਯੋਗਦਾਨ ਪਾਇਆ ਹੈ ਸੋ ਉਹਨਾਂ ਨੇ ਪਾਇਆ ਹੈ ਜੀ 2 ਬਿਲੀਅਨ ਡਾਲਰਸ ਤੱਕ ਕੋਵੈਕਸ ਇਨੀਸ਼ੀਏਟਿਵ ਵਿੱਚ ਇਸ ਦੇ ਅੰਡਰ ਉਹ ਕੀ ਕਰਨਗੇ ਜੀ ਇੱਕ ਇਨੀਸ਼ੀਏਟਿਵ ਚਲਾਇਆ ਹੈ ਤਾਂ ਕਿ ਗਰੀਬ ਦੇਸ਼ਾਂ ਨੂੰ ਕਰੋਨਾ ਦੀ ਵੈਕਸੀਨ ਪ੍ਰੋਵਾਈਡ ਕਰਾਈ ਜਾ ਸਕੇ ਗਰੀਬ ਦੇਸ਼ਾਂ ਨੂੰ ਕਰੋਨਾ ਦੀ ਵੈਕਸੀਨ ਪ੍ਰੋਵਾਈਡ ਕਰਾਈ ਜਾ ਸਕੇ ਠੀਕ ਹੈ ਤੇ ਕਾਨਾ ਕੰਟਰੀ ਨੂੰ ਇਸ ਵਿੱਚ ਵੈਕਸੀਨ मिल चुकी है काना कंट्री ਨੂੰ ਇਸ ਵਿੱਚ ਵੈਕਸੀਨ ਪਹੁੰਚਾਈ ਜਾ ਚੁੱਕੀ ਹੈ ਕਾਨਾ ਇਸ ਦਾ ਫਾਇਦਾ ਉਠਾਉਣ ਵਾਲਾ ਪਹਿਲਾ ਅਫਰੀਕੀ ਦੇਸ਼ ਬਣ ਚੁੱਕਿਆ ਹੈ ਸੋ ਅਕੋਰਡਿੰਗ ਟੂ ਆ ਰੀਸੈਂਟ ਰਿਪੋਰਟ ਠੀਕ ਹੈ ਇੱਕ ਤਾਜ਼ਾ ਰਿਪੋਰਟ ਦੇ ਅਨਸਾਰ ਹਾਊ ਮੈਨੀ ਪਰਸੈਂਟ ਆਫ ਇੰਡੀਅਨਸ ਹੈਵ ਡਾਈਡ ਇਨ ਰੋਡ ਐਕਸੀਡੈਂਟਸ ਔਨ ਦਾ ਰੋਡ ਸੋ ਰੋਡ ਐਕਸੀਡੈਂਟ ਜਿੰਨੇ ਵੀ ਸੰਸਾਰ ਵਿੱਚ ਹੋਏ ਹਨ ਉਹਨਾਂ ਵਿੱਚ ਕਿੰਨੇ ਇੰਡੀਅਨਸ ਮਰ ਚੁੱਕੇ ਹਨ ਸੋ ਅਗਰ ਸੰਸਾਰ ਵਿੱਚ 100% ਜੋ ਵੀ ਰੋਡ ਐਕਸੀਡੈਂਟ ਹੋਏ ਹਨ ਉਹਨਾਂ ਵਿੱਚ 11% ਲੋਕ ਜੋ ਮਰੇ ਹਨ ਉਹ ਇੰਡੀਅਨਸ ਹਨ ਠੀਕ ਹੈ 11% ਲੋਕ ਇੰਡੀਅਨ ਹੀ ਮਰੇ ਹਨ ਰੋਡ ਐਕਸੀਡੈਂਟਸ ਵਿੱਚ ਤੋਂ ਵੀਨਾਰਾਇਣ ਸਵਾਮੀ ਵੀਨਾਰਾਇਣ ਸਵਾਮੀ ਸਨ ਕਿੱਥੋਂ ਦੇ ਸੀਐਮ ਕੁੱਡੂਚੇਰੀ ਦੇ ਠੀਕ ਹੈ ਕੁੱਡੂਚੇਰੀ ਦੇ ਠੀਕ ਹੈ ਇਹਨਾਂ ਨੇ ਹਾਲ ਹੀ ਦੇ ਵਿੱਚ ਅਸਤੀਫਾ ਦੇ ਦਿੱਤਾ ਕਿਉਂਕਿ ਇਹ ਬਹੁਸ ਬਹੁਮਤ ਸਾਂਭਤ ਨਹੀਂ ਕਰ ਸਕੇ ਸਨ ਠੀਕ ਹੈ ਅਤੇ ਇਹਨਾਂ ਦੀ ਥਾਂ ਤੇ ਕੌਣ ਆਇਆ ਹੈ ਇਨਾਂ ਦੀ ਥਾਂ ਤੇ ਕੋਈ ਨਹੀਂ ਆਇਆ ਕਿਉਂਕਿ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਿਆ ਹੈ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਿਆ ਹੈ ਇੱਥੇ ਆਪਾਂ ਇਹ ਵੀ ਕਮੈਂਟ ਬਾਕਸ ਵਿੱਚ ਤੁਸੀਂ ਦੱਸਣਾ ਹੈ ਕਿ ਹੁਡੂਚੇਰੀ ਦੇ ਨਵੇਂ ਐਲਜੀ ਕੌਣ ਹਨ ਲੈਫਟੇਨੈਂਟ ਗਵਰਨਰ ਕੌਣ ਹਨ ਸੋ ਕੌਣ ਹਨ ਠੀਕ ਹੈ ਕਿਰਨ 베ਦੀ ਦੀ ਥਾਂ ਤੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਸੋ ਰੀਸੈਂਟਲੀ ਜੋ ਕਿ ਟੋਪ ਆਪਨਾ ਟੋਕੀਓ 올림픽 ਹੋਣਾ ਹੈ ਟੋਕੀਓ 올림픽 ਕਿੱਥੇ ਹੋਣਾ ਹੈ ਜੀ 2021 ਦਾ ਹੋਣਾ ਹੈ ਜੀ ਜਪਾਨ ਵਿੱਚ ਹੈਗਾ ਤਾਂ 2020 ਦਾ ਸੀ ਪਰ ਇਹ ਡਿਊ ਟੂ ਕੋਵਿਡ-19 ਇਸ ਸਾਲ ਹੋ ਰਿਹਾ ਹੈ ਠੀਕ ਹੈ ਜੀ ਇਹਨਾਂ ਨੇ ਆਪਣਾ 올림픽 ਮੰਤਰੀ ਕੋਸ਼ਿਤ ਕੀਤਾ ਹੈ 올림픽 ਮੰਤਰੀ ਕੌਣ ਬਨਾਇਆ ਹੈ ਜੀ ਸਿਕੋ ਹਾਸ਼ੀਮੋਤੋ ਸਿਕੋ ਹਾਸ਼ੀਮੋਤੋ ਠੀਕ ਹੈ ਨਵਾਂ 올림픽 ਮੰਤਰੀ ਕੌਣ ਬਨਾਇਆ ਹੈ ਜਪਾਨ ਵਿੱਚ ਸਿਕੋ ਹਾਸ਼ੀਮੋਤੋ ਜੋ ਕਿ ਜੋ 올림픽 ਹੈ 2020 ਦਾ ਜੋ ਜਪਾਨ ਵਿੱਚ ਹੋਏਗਾ ਠੀਕ ਹੈ ਟੋਕੀਓ ਵਿੱਚ ਉਹਨਾਂ ਦੀ ਪੂਰੀ ਦੇਖਰੇਖ ਕਰਨਗੇ ਠੀਕ ਹੈ ਸਾਰਾ ਕੁਝ ਇਹਨਾਂ ਦੇ ਅੰਡਰ ਹੋਏਗਾ ਇਹਨਾਂ ਦੇ ਅੰਡਰ ਸਿਕੋ ਹਾਸ਼ੀਮੋਤੋ ਸੋ ਜਲ ਹੈ ਤਾਂ ਕੱਲ ਹੈ ਜਲ ਹੈ ਤਾਂ ਕੱਲ ਹੈ ਇਹ ਆਪਣੇ ਪੰਜਾਬ ਵਿੱਚ ਆਪਨੇ ਹੀ ਪੰਜਾਬ ਵਿੱਚ ਇਹ ਡੀਡੀ ਜਲੰਧਰ ਤੇ ਡੀਡੀ ਜਲੰਧਰ ਤੇ ਇੱਕ ਕਾਰਜਕ੍ਰਮ ਲਾਂਚ ਕੀਤਾ ਗਿਆ ਹੈ ਤਾਂ ਕਿ ਆਪਾਂ ਜਲਦੀ ਇੰਪੋਰਟੈਂਸ ਸਾਰਿਆਂ ਨੂੰ ਸਮਝਾ ਸਕੀਏ ਠੀਕ ਹੈ ਕਿਉਂਕਿ ਜਲ ਹੈ ਤਾਂ ਕੱਲ ਹੈ ਸੋ ਦੇਖੋ ਕਿਹੋ ਜੀ ਸਿਚੁਏਸ਼ਨ ਆ ਚੁੱਕੀ ਹੈ ਕਿ ਆਪਾਂ ਨੂੰ ਟੀਵੀ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਲੋਕਾਂ ਨੂੰ ਅਵੇਅਰ ਕਰਨਾ ਪੈ ਰਿਹਾ ਹੈ ਸੋ ਜਲ ਹੈ ਤਾਂ ਕੱਲ ਹੈ ਸੋ नैक्स क्वेश्चन उत्सव उत्सवम उत्सव उत्सवम 2021 ट्वेंटी ट्वेंटी वन इज सैलीब्रेटिड कितने मनाया जा रहा है तो यह मनाया जा रहा है जी केरला त्यौहार है जी उत्सवम 2021 ट्वेंटी वन तो इसका आंसर भी केरला है ठीक है क्वेश्चन पढ़ते <laughs> ਡਿਜੀਟਲ ਯੂਨੀਵਰਸਿਟੀ ਦੇਸ਼ ਦੀ ਪਹਿਲੀ ਡਿਜੀਟਲ ਯੂਨੀਵਰਸਿਟੀ ਸੋ ਤੁਹਾਨੂੰ ਪਤਾ ਹੀ ਹੈ ਕਿ ਡਿਜੀਟਲ ਕਮਾ ਵਿੱਚ ਸਭ ਤੋਂ ਅੱਗੇ ਕੌਣ ਹੁੰਦਾ ਹੈ ਕੇਰਲਾ ਹੀ ਹੁੰਦਾ ਹੈ ਚਾਹੇ ਯੂਨੀਵਰਸਿਟੀ ਦੀ ਗੱਲ ਹੋਵੇ ਚਾਹੇ ਲਿਟਰੇਸੀ ਰੇਟ ਦੀ ਗੱਲ ਹੋਵੇ ਕੇਰਲਾ ਸਭ ਤੋਂ ਅੱਗੇ ਹੁੰਦਾ ਹੈ ਡਿਜੀਟਲ ਯੂਨੀਵਰਸਿਟੀ ਦੇ ਨੀ ਪੱਥਰ ਕਿੱਥੇ ਰੱਖਿਆ ਗਿਆ ਹੈ ਜੀ ਕੇਰਲਾ ਵਿੱਚ ਤੋਂ ਮੱਧ ਪ੍ਰਦੇਸ਼ ਦੇ ਸੀਐਮ ਸ਼ਿਵਰਾਜ ਸਿੰਘ ਚੋਹਾਨ ਨੇ ਠੀਕ ਹੈ ਇੱਕ ਆਪਣੇ ਸ਼ਹਿਰ ਦਾ ਨਾਮ ਕੀ ਰੱਖਿਆ ਹੈ ਜੀ ਨਰਮਦਾਪੁਰਮ ਆਪਾਂ ਦ ਸੁਣਾਇਆ ਕਿ ਕਿਹੜੇ ਸ਼ਹਿਰ ਦਾ ਨਾਮ ਬਦਲ ਕੇ ਨਰਮਦਾਪੁਰਮ ਰੱਖਿਆ ਗਿਆ ਹੈ ਸੋ ਅਸ਼ੰਗਾਬਾਦ ਦਾ ਸ਼ਹਿਰ ਦਾ ਨਾਮ ਚੇਂਜ ਕਰਕੇ ਨਰਮਦਾਪੁਰਮ ਬਦਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਸ਼ੰਗਾਬਾਦ ਦਾ ਨਾਮ ਕੀ ਨਰਮਦਾਪੁਰਮ ਸੋ 30ਵਾਂ ਐਡਰੀਆਟਿਕ ਪਰਲ ਟੂਰਨਾਮੈਂਟ 30ਵਾਂ ਐਡਰੀਆਟਿਕ ਪਰਲ ਟੂਰਨਾਮੈਂਟ ਕਿੱਥੇ ਹੋ ਰਿਹਾ ਜੀ ਮੌਂਟੇਨੀਗਰੋ ਵਿੱਚ ਕਿਹੜੀ ਕੰਟਰੀ ਵਿੱਚ ਮੌਂਟੇਨੀਗਰੋ ਸਿੰਪਲੀ ਤੁਸੀ ਯਾਦ ਕਰਨਾ ਹੈ 30ਵਾਂ ਐਡਰੀਆਟਿਕ ਪਰਲ ਟੂਰਨਾਮੈਂਟ ਮੌਂਟੇਨੀਗਰੋ ਸੋ ਰੀਸੈਂਟਲੀ ਬਾਬਰ ਜੀ ਦੇ ਗੁਰੂ ਰਵੀਦਾਸ ਜੀ ਦੀ ਜਨਮ ਦਿਨ ਸੀ ਠੀਕ ਹੈ ਸੋ ਆਪਾਂ ਇੱਥੇ ਕੁਐਸਚਨ ਵਿੱਚ ਦੱਸਣਾ ਹੈ ਕਿ ਗੁਰੂ ਰਵੀਦਾਸ ਜੀ ਵਿਸ਼ਵ ਮਹਾ ਪੀਠ ਰਾਸ਼ਟਰੀ ਆਦੀਵੇਸ਼ਨ ਸ੍ਰੀ ਗੁਰੂ ਰਵੀਦਾਸ ਜੀ ਵਿਸ਼ਵ ਮਹਾ ਪੀਠ ਰਾਸ਼ਟਰੀ ਸੰਮੇਲਨ ਹੋਇਆ ਸੀ ਜੀ ਕਿੱਥੇ ਹੋਇਆ ਸੀ ਸੋ ਇਹ ਹੋਇਆ ਸੀ ਜੀ ਨਵੀਂ ਦਿੱਲੀ ਵਿੱਚ ਵਿਚ ਵਨ ਆਫ ਦਾ ਵਿਚ ਹੈਜ਼ ਵਨ ਦਾ ਮੈਨ ਸੈਕਸ਼ਨ ਮੈਲ ਸਿੰਗਲਸ ਟਾਈਟਲ ਆਫ ਦਾ ਰੀਸੈਂਟਲੀ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਸੋ ਆਸਟ੍ਰੇਲੀਅਨ ਓਪਨ ਜੋ ਕਿ ਸਾਲ ਦੇ ਸਟਾਰਟਿੰਗ ਤੇ ਹੁੰਦੀ ਹੈ ਠੀਕ ਹੈ ਇਸ ਵਿੱਚ ਕਿਸ ਨੇ ਜਿੱਤੇ ਹੈ ਸੋ ਨਵਾਕ ਜੋਕੋਵਿਚ ਨਵਾਕ ਜੋਕੋਵਿਚ ਨੇ 18ਵੀਂ ਵਾਰ ਇੱਕ 18ਵੀਂ ਵਾਰ ਕੋਈ ਗ੍ਰੈਂਡ ਸਲੇਮ ਜਿੱਤਿਆ ਹੈ ਅਤੇ ਇਸ ਨੇ ਕਿੰਨੂੰ ਹਰਾਇਆ ਨਵਾਕ ਜੋਕੋਵਿਚ ਨੇ ਹਰਾਇਆ ਜੀ ਡੈਨੀਅਲ ਮੈਦਵੇਦੇਵ ਨੂੰ ਡੈਨੀਅਲ ਮੈਦਵੇਦੇਵ ਨੂੰ ਹਰਾਇਆ ਨਵਾਕ ਜੋਕੋਵਿਚ ਨੇ ਠੀਕ ਹੈ ਅਤੇ ਊਮੈਨਸ ਵਿੱਚ ਕੌਣ ਜਿੱਤੇ ਹਨ ਊਮੈਨਸ ਵਿੱਚ ਜਿੱਤੇ ਹਨ ਜੀ ਨਵਾਮੀ ਨੋਆਮੀ ਓਸਾਕਾ ਜੋ ਕਿ ਜਪਾਨ ਦੇ ਹਨ ਨੋਆਮੀ ਓਸਾਕਾ ਨੋਆਕ ਜੋਕੋਵਿਚ ਕਿਹੜੀ ਕੰਟਰੀ ਦੇ ਹਨ ਸਰਬੀਆ ਸੋ who has won the women's single title of the recent national table tennis championship ਸੋ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਕਿਸ ਨੇ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ ਹੈ ਸੋ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਮਾਨਿਕਾ ਬੱਤਰਾ ਇਹ ਤਸਵੀਰ ਉਹਨਾਂ ਦੀ ਮਾਨਿਕਾ ਬੱਤਰਾ ਨੇ राष्ट्रीय टेबल टेनिस चैंपियनशिप महिला सिंगल्स का खिताब जितया है मानिका बत्रा तो एच फाइव एन एट बर्ड फ्लू का एच फाइव एन एट बर्ड फ्लू का जो कि आपने इंडिया इस विच भी फैलया सें चेक किया है कि इस ये जो वायरस है ये यूमनस भी देखा गया है ठीक है ये वायरस ह्यूमनस कित देखया गया है सो रशियास ह्यूमन देखा गया है ठीक है so recently cabinet of which state so cabinet of which state has approved mission lal lakeer mission lal lakeer theek hai to apna apna apni state punjab ne ki shuru kita hai mission lal lakeer lal lakeer de under jo bhi property hoegi usdi on registry karwai ja sakdi hai isda answer hai ji punjab theek hai so 18th edition of bio asia 2021 will be organized online ਆਨਲਾਈਨ ਹੋ ਰਿਹਾ ਹੈ ਅੱਜ ਹੋ ਰਿਹਾ ਹੈ ਜੀ ਬਾਇਓ ਏਸ਼ੀਆ 2021 ਕਿੱਥੇ ਹੋ ਰਿਹਾ ਹੈ ਜੀ ਸੋ ਬਾਇਓ ਏਸ਼ੀਆ 2021 ਹੋ ਰਿਹਾ ਹੈ ਜੀ ਆਪਣੇ ਹైదరాబాద్ ਵਿੱਚ ਹైదరాబాద్ ਵਿੱਚ ਸੋ ਨੈਕਸਟ ਕੁਐਸਚਨ ਇਨ ਵਿਚ ਇੰਡੀਅਨ ਸਿਟੀ ਦਾ देयर इज ਲਾਂਚ ਕੀਤਾ ਗਿਆ ਜੀ ਹਸਪੀਟਲ ਫॉर ਟਰੀਜ਼ ਐਂਡ ਐਮਬੂਲੈਂਸ ਸਰਵਿਸ ਸੋ ਆਪਣੇ ਆਖ ਵਿੱਚ ਇੱਕ ਵੱਖਰੀ ਗੱਲ ਹੈ ਟਰੀਜ਼ ਲਈ ਹਸਪੀਟਲ ਵੀ ਬਣਾਇਆ ਗਿਆ ਹੈ ਤੇ ਇੱਕ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਕਿੱਥੇ ਕੀਤੀ ਗਈ ਹੈ ਜੀ ਸੋ ਅੰਮ੍ਰਿਤਸਰ ਵਿੱਚ ਫਰੀਜ਼ ਲਈ ਇੱਕ ਹਸਪੀਟਲ ਬਣਾਇਆ ਗਿਆ ਹੈ ਤੇ ਅਤੇ ਐਂਬੂਲੈਂਸ ਵੀ ਸ਼ੁਰੂ ਕੀਤੀ ਗਿਆ ਇਸ ਦਾ ਨਾਮ ਹੈ ਪੁਸ਼ਪਾ ਐਂਬੂਲੈਂਸ ਸਰਵਿਸ ਸੋ ਰੀਸੈਂਟਲੀ ਗਲੋਬਲ ਆਰਗੇਨਾਈਜੇਸ਼ਨ ਕਿਹੜੀ ਗਲੋਬਲ ਆਰਗੇਨਾਈਜੇਸ਼ਨ ਨੇ ਅਸਮ ਵਿੱਚ ਅਸਮ ਵਿੱਚ ਜੋ ਬਿਜਲੀ ਦਾ ਸਿਸਟਮ ਹੈ ਉਸ ਬਿਜਲੀ ਨੈਟਵਰਕ ਨੂੰ ਮਜ਼ਬੂਤ ਕਰਨ ਲਈ 304 ਮਿਲੀਅਨ ਡਾਲਰ ਦਾ ਭਾਰਤ ਨੂੰ ਲੋਨ ਦਿੱਤਾ ਹੈ ਅਤੇ ਉਸ ਤੇ ਦੋਨਾਂ ਦੇ ਵਿੱਚ ਮੈਮੋਰੰਡਮ ਆਫ ਅੰਡਰਸਟੈਂਡਿੰਗ ਐਮਓਯੂ ਸਾਈਨ ਹੋਇਆ ਹੈ ਠੀਕ ਹੈ ਸੋ ਕਿਸ ਨਾਲ ਕਿਸ ਕੋਲ ਭਾਰਤ ਨੇ 304 ਮਿਲੀਅਨ ਡਾਲਰ ਦਾ ਲੋਨ ਲੈਂਦਾ ਹੈ ਕਿਉਂ ਲੈਂਦਾ ਹੈ ਤਾਂ ਕਿ ਅਸਮ ਵਿੱਚ ਜੋ ਆਪਣਾ ਪਾਵਰ ਸਿਸਟਮ ਹੈ ਉਸ ਨੂੰ ਪਾਵਰ ਨੈਟਵਰਕ ਹੈ ਉਸ ਨੂੰ ਮਜ਼ਬੂਤ ਕੀਤਾ ਜਾ ਸਕੇ ਸੋ ਇਹ ਲਿੱਤਾ ਜੀ ਆਪਾਂ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਯਾਨੀ AIIB ਠੀਕ ਹੈ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਜਿਸ ਤੇ ਹੈਡਕਵਰਟਰ ਕਿੱਥੇ ਹਨ ਬੀਜਿੰਗ ਵਿੱਚ ਇੱਕ ਚਾਈਨਾ ਦਾ ਬੈਂਕ ਹੈ ਠੀਕ ਹੈ ਚਾਈਨਾ ਦੇ ਬੈਂਕ ਤੋਂ ਆਪਾਂ ਕੀ ਲਿਆ 304 ਮਿਲੀਅਨ ਡਾਲਰ ਦਾ ਕਰਜ਼ਾ ਲਿਆ ਤੋਂ ਬਜਟ 2021 ਵਿੱਚ ਬਜਟ ਜੋ ਆਪਣਾ ਸੀਗਾ 2021 ਠੀਕ ਹੈ ਇਸ ਵਿੱਚ ਇੰਸਟੀਚਿਊਟ ਫਾਰ ਵਾਇਰੋਲੋਜੀ ਵਾਇਰੋਲੋਜੀ ਕੀ ਹੁੰਦਾ ਹੈ ਜੀ ਜੋ ਆਪਾਂ ਵਾਇਰਸ ਦੀ ਸਟੱਡੀ ਕਰਦੇ ਹਾਂ ਠੀਕ ਹੈ ਸਟੱਡੀ ਆਫ ਵਾਇਰਸ ਠੀਕ ਹੈ ਲੋਜੀ ਦਾ ਮਤਲਬ ਸਟੱਡੀ ਹੁੰਦਾ ਹੈ ਵਾਇਰਸ ਦੀ ਜੋ ਆਪਾਂ ਸਟੱਡੀ ਕਰਨੀ ਹੈ ਉਹਨਾਂ ਲਈ ਚਾਰ ਸੰਸਥਾਵਾਂ ਪ੍ਰਸਤਾਵਿਤ ਹੋਈਆਂ ਨੇ ਬਜਟ ਵਿੱਚ ਆਪਾਂ ਚਾਰ ਸੰਸਥਾਵਾਂ ਬਣਾਵਾਂਗੇ ਜਿਸ ਨਾਲ ਵਿੱਚ ਆਪਾਂ ਵਾਇਰਸ ਦੀ ਸਟੱਡੀ ਕਰਾਂਗੇ ਸੋ ਹਾਲ ਹੀ ਦੇ ਵਿੱਚ 2020 2022 23 ਵਿੱਚ ਸੋ ਅਗਲਾ ਜੋ ਸਾਲ ਆਏਗਾ 22 23 ਵਿੱਚ ਉਸ ਵਿੱਚ ਆਪਣਾ ਇੱਕ ਸੈਪਰੇਟ ਖੇਤੀਬਾੜੀ ਬਜਟ ਸੈਪਰੇਟ ਖੇਤੀਬਾੜੀ ਬਜਟ ਆਪਣਾ ਕਿਹੜਾ ਪੜੋਸੀ ਦੇਸ਼ ਕੱਢ ਰਿਹਾ ਹੈ ਠੀਕ ਹੈ ਸੈਪਰੇਟ ਖੇਤੀਬਾੜੀ ਬਜਟ ਕੱਢ ਰਿਹਾ ਹੈ ਜੀ ਆਪਣਾ ਰਾਜਸਥਾਨ ਇਹਨਾਂ ਨੇ ਕਿਹਾ ਐਲਾਨ ਕੀਤਾ ਹੈ ਕਿ ਅਸੀਂ 2022-23 ਵਿੱਚ ਆਪਣਾ ਵੱਖਰਾ ਖੇਤੀਬਾੜੀ ਲਈ ਵੱਖਰਾ ਬਜਟ ਅਨਾਉਂਸ ਕਰਾਂਗੇ 2021 ਦਾ ਬ੍ਰਿਕਸ ਮੈਲਨ ਕਿੱਥੇ ਹੋ ਰਿਹਾ ਹੈ ਬ੍ਰਿਕਸ ਜੋ ਕਿ ਪੰਜ ਦੇਸ਼ਾਂ ਦੇ ਮੇਲ ਤੋਂ ਬਣਿਆ ਹੈ ਇਹਨਾਂ ਦਾ ਨਾਮ ਤੋਂ ਹੀ ਹੈ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਐਂਡ ਸਾਊਥ ਅਫਰੀਕਾ ਸਾਊਥ ਅਫਰੀਕਾ ਇਸ ਵਿੱਚ ਸਭ ਤੋਂ ਲਾਸਟ ਐਡ ਹੋਇਆ ਹੈ ਠੀਕ ਹੈ ਅਤੇ ਇਸ ਤੋਂ ਪਹਿਲਾਂ ਵਾਲੀ 2021 ਹੋਈ ਸੀ ਉਹ ਕਿੱਥੇ ਹੋਈ ਸੀ ਉਹ ਹੋਈ ਸੀ ਰਸ਼ੀਆ ਵਿੱਚ ਪਰ ਇਹ ਹੋਈ ਸੀ ਵਰਚੂਅਲੀ ਠੀਕ ਹੈ ਹੁਣ ਜੋ ਹੋਣੀ ਹੈ ਇਹ ਮੀਟਿੰਗ ਹੋਣੀ ਹੈ ਇਹ ਆਫਲਾਈਨ ਹੋਣੀ ਹੈ ਇਹ ਕਿੱਥੇ ਹੋਣੀ ਹੈ ਇਹ ਭਾਰਤ ਵਿੱਚ ਹੋਣੀ ਹੈ 2021 ਦੀ ਜੋ ਮੀਟਿੰਗ ਹੋਣੀ ਹੈ ਬ੍ਰਿਕਸ ਦੀ ਇਹ ਭਾਰਤ ਵਿੱਚ ਹੋਣੀ ਹੈ ਠੀਕ ਹੈ ਅਤੇ ਚਾਈਨਾ ਨੇ ਇਸ ਵਿੱਚ ਓਨਲੀ ਵੀ ਹਾਮੀ ਭਰ ਦਿੱਤੀ ਹੈ ਸੋ ਸੈਂਟਰਲ ਐਕਸਾਈਜ਼ ਡੇ ਕੇਂਦਰੀ ਆਬਕਾਰੀ ਦਿਵਸ ਕੇਂਦਰੀ ਆਬਕਾਰੀ ਦਿਵਸ ਮਨਾਇਆ ਜਾਂਦਾ ਹੈ ਜੀ ਹਰ ਸਾਲ 24 ਫਰਵਰੀ ਨੂੰ ਕੇਂਦਰੀ ਆਬਕਾਰੀ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਜੀ 24 ਫਰਵਰੀ ਨੂੰ ਸੋ ਇਹ ਆਪਣੇ ਕੋਰਸ ਹਨ 10 ਦੇ 10 ਸਬਜੈਕਟ ਐਂਟੀਟੀ 8393 ਪੋਸਟ ਦੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਸਾਰੇ ਪ੍ਰੀ ਰਿਕਾਰਡਡ ਐਂਡ ਵੀਡੀਓ ਲੈਕਚਰਸ ਆ ਰਹੇ ਹਨ ਪੀਡੀਐਫ ਨੋਟਸ ਵੀ ਮਿਲ ਰਹੇ ਹਨ ਅਤੇ ਐਮਸੀਕਿਊਸ ਹਰ ਇਕ ਆਰਿਕ ਟੋਪਿਕ ਤੇ ਬਹੁਤ ਵਧੀਆ ਤਰੀਕੇ ਨਾਲ ਕਰਵਾਈ ਜਾ ਰਹੇ ਹਨ ਜੇਕਰ ਤੁਸੀਂ 80 60 ਜੋ ਮੇਨ ਮੇਨ ਸਬਜੈਕਟ ਹਨ ਜੋ ਕਿ ਸੀਡੀਪੀ ਹੈ ਉਸ ਦਾ ਰਿਕੂਲਮ ਹੈ ਪੋਲਿਸੀਜ਼ ਐਂਡ ਪ੍ਰੋਗਰਾਮਸ ਹੈ ਇਹਨਾਂ ਦੀ ਵੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇੱਕ ਸੈਪਰੇਟ ਕੋਰਸ ਵੀ ਹੈ ਠੀਕ ਹੈ ਸੋ ਤੁਸੀਂ ਟੈਟ ਬਜ਼ਰ ਐਪਲੀਕੇਸ਼ਨ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣਾ ਹੈ ਅਤੇ ਉੱਥੇ ਫ੍ਰੀ ਡੈਮੋ ਲੈਕਚਰਸ ਵੇਖ ਕੇ ਆਪ ਦੀ ਸੰਤੁਸ਼ਟੀ ਕਰ ਲੈਣੀ ਹੈ ਠੀਕ ਹੈ ਬਾਕੀ ਤੁਸੀਂ ਰਜਿਸਟ੍ਰੇਸ਼ਨ ਕਰਨਾ ਹੈ ਤਾਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ WhatsApp group ਦਾ ਹਿੱਸਾ ਬਣਨ ਲਈ ਤੁਸੀਂ ਕੀ ਕਰ ਸਕਦੇ ਹੋ ਜਿਵੇਂ ਮੇਰਾ ਨਾਮ ਕਰਨ ਹੈ ਕਰਨ ਫਿਰ ਪੇਪਰ ਜਿਵੇਂ ਮੈਂ ਐਂਟੀਟੀ ਦਾ ਪੇਪਰ ਦੇਣਾ ਹੈ ਐਂਡ THEN MY CITY ਬੋਗਰ ਓਕੇ ਇਹਨਾਂ ਤੁਸੀਂ ਲਿਖ ਕੇ ਭੇਜ ਦੇਣਾ ਹੈ ਆਪਣੇ ਨੰਬਰ ਤੇ ਠੀਕ ਹੈ ਜੀ 98150500 ਕੋ ਰੀਸੈਂਟਲੀ ਰਿਲਾਈਐਂਸ ਰਿਲਾਈਐਂਸ ਜੋ ਕੰਪਨੀ ਹੈ ਇਸਨੇ ਕੀ ਕਿਹਾ ਹੈ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਜੂ ਬਣਾਵਾਂਗੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਜੂ ਬਣਾਵਾਂਗੇ ਕਿੱਥੇ ਬਣਾਵਾਂਗੇ ਸੋ ਆਬਵੀਅਸਲੀ ਕਿੱਥੇ ਬਣਾਉਣਗੇ ਜੀ ਗੁਜਰਾਤ ਵਿੱਚ ਬਣਾਉਣਗੇ ਠੀਕ ਹੈ ਗੁਜਰਾਤ ਵਿੱਚ ਬਣਾਉਣਗੇ ਦੁਨੀਆ ਦਾ ਸਭ ਤੋਂ ਵੱਡਾ ਜੂ ਸੋ ਹਾਲ ਹੀ ਦੇ ਵਿੱਚ ਭਾਰਤ ਸਰਕਾਰ ਨੇ ਨਾਗਾ لینڈ ਵਿੱਚ ਨਾਗਾ لینڈ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਕਿਹੜੇ ਵਿਸ਼ਵ ਵਿਆਪੀ ਸੰਗਠਨ ਨਾਲ ਲੋਨ ਦੀ ਗੱਲ ਕੀਤੀ ਹੈ ਸੋ ਨਾਗਾ لینڈ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਭਾਰਤ ਨੇ ਵਰਲਡ ਬੈਂਕ ਨਾਲ ਵਰਲਡ ਬੈਂਕ ਨਾਲ ਲੋਨ ਦੀ ਗੱਲ ਤੇ ਹਸਤਾਖਰ ਕੀਤੇ ਹਨ ਠੀਕ ਹੈ ਵਰਲਡ ਬੈਂਕ ਨਾਲ ਠੀਕ ਹੈ ਵਰਲਡ ਬੈਂਕ ਦੇ ਹੈਡਕ quarters ਕਿੱਥੇ ਹਨ واਸ਼ਿੰਗਟਨ ਡੀਸੀ واਸ਼ਿੰਗਟਨ ਡੀਸੀ ਕਿੱਥੋਂ ਦੀ ਰਾਜਧਾਨੀ ਹੈ ਯੂਐਸਏ ਦੀ ਠੀਕ ਹੈ ਇਸ ਤੇ ਵਰਲਡ ਬੈਂਕ ਦੇ ਵਰਤਮਾਨ ਹੈਡਕਨ ਹਨ ਡੇਵਿਡ ਮਾਲਪਾਸ ਡੇਵਿਡ ਸਾਰਾ ਮਾਲ ਆਪਣੇ ਪਾਸ ਹੀ ਰੱਖਿਆ ਹੈ ਡੇਵਿਡ ਮਾਲਪਾਸ ਠੀਕ ਹੈ ਸੋ ਮੋਟੇਰਾ ਸਟੇਡੀਅਮ ਦਾ ਨਾਮ ਕਿਸ ਤੇ ਰੱਖਿਆ ਗਿਆ ਹੈ ਇਹ ਸਭ ਨੂੰ ਤੁਹਾਨੂੰ ਪਤਾ ਹੀ ਹੈ ਨਰਿੰਦਰ ਮੋਦੀ ਸਟੇਡੀਅਮ ਬਸ ਇਸ ਦੀ ਖੇ ਲੋੜ ਨਹੀਂ ਸੀ ਹਾਲ ਹੀ ਦੇ ਵਿੱਚ ਕਿਹੜਾ ਭਾਰਤੀ ਸ਼ਹਿਰ 2020 30 ਸਿਟੀ ਆਫ ਦੀ ਵਰਲਡ ਵਿੱਚ ਆਇਆ ਹੈ ਸੋ ਕਿਸ ਨੂੰ ਅਵਾਰਡ ਮਿਲਿਆ ਹੈ 2020 30 ਸਿਟੀ ਆਫ ਦਾ ਵਰਲਡ ਸੋ ਭਾਰਤ ਵਿੱਚ 30 ਸਿਟੀ ਆਫ ਦਾ ਵਰਲਡ ਦਾ ਅਵਾਰਡ ਮਿਲਿਆ ਹੈ ਜੀ ਹైదరాబాద్ ਦੀ ਰਾ ਹైదరాబాద్ ਜੋ ਕਿ ਤੇਲੰਗਾਨਾ ਦੀ ਰਾਜਧਾਨੀ ਹੈ 30 ਸਿਟੀ ਆਫ ਦਾ ਵਰਲਡ ਤੋ ਕਿਹੜਾ ਦੇਸ਼ ਹਾਲ ਹੀ ਦੇ ਵਿੱਚ ਲੋਨਲੀ ਲੈਸ ਮਿਨਿਸਟਰ ਫॉर ਲੋਨਲੀਨੈਸ ਨਿਯੁਕਤ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣ ਚੁੱਕਿਆ ਹੈ। ਤੋ ਇੱਕ ਮਿਨਿਸਟਰੀ ਅਲੱਗ ਤਰ੍ਹਾਂ ਦੀ ਮਿਨਿਸਟਰੀ ਆਪਣੇ ਆਪ ਵਿੱਚ ਜੋ ਸਭ ਤੋਂ ਪਹਿਲਾਂ ਸਥਾਪਿਤ ਕੀਤੀ ਸੀ ਜੀ ਬ੍ਰਿਟੇਨ ਨੇ ਹੁਣ ਏਸ਼ੀਆ ਦੇ ਵਿੱਚ ਇਸ ਤਰ੍ਹਾਂ ਦੀ ਮਿਨਿਸਟਰੀ ਸਥਾਪਿਤ ਕੀਤੀ ਹੈ ਜੀ ਜਾਪਾਨ ਨੇ ਤਾਂਕਿ ਜੋ ਕਿ ਲੋਨ ਅਲੋਨ ਬੰਦੇ ਰਹਿੰਦੇ ਹਨ ਜਾਂ ਜਿਨ੍ਹਾਂ ਦਾ ਯਾ ਯਤਿਮ ਹਨ ਜਾਂ ਉਹਨਾਂ ਦਾ ਕਰਵਾਰ ਨਹੀਂ ਹੈ ਜਾਂ ਪਰਿਵਾਰ ਵਾਲੇ ਨਹੀਂ ਉਹਨਾਂ ਦੀ ਕੇਅਰ ਐਂਡ ਉਹਨਾਂ ਦਾ ਜੋ ਕੈਰੀਅਰ ਦੇ ਬਾਰੇ ਸਾਰੀ ਕਾਉਂਸਲਿੰਗ ਇਹ ਸਾਰੇ ਕੁਝ ਇਹ ਸੰਭਾਲੇਗਾ ਇੱਕ ਅਲੱਗ ਮਨਿਸਟਰ ਇਸ ਲਈ ਨਿਯੁਕਤ ਕੀਤਾ ਗਿਆ ਹੈ ਜਾਪਾਨ ਵਿੱਚ। ਤੋਂ ਇੰਡੀਆ ਟੌਏ ਫੇਅਰ ਜੋ ਕਿ ਹੋ ਰਿਹਾ ਜੀ 27 ਫੈਬ ਤੋਂ 2 ਮਾਰਚ ਠੀਕ ਹੈ 27 ਫਰਵਰੀ ਤੋਂ 2 ਮਾਰਚ ਤੱਕ ਹੋ ਰਿਹਾ ਹੈ। 27 ਫਰਵਰੀ ਤੋਂ 2 ਮਾਰਚ ਤੱਕ ਹੋ ਰਿਹਾ ਹੈ ਠੀਕ ਹੈ। ਇਸ ਕੁਐਸਚਨ ਵਿੱਚ ਆਪਾਂ ਦੱਸਣਾ ਹੈ ਕਿ ਇਸ ਦਾ ਉਦਘਾਟਨ ਕਿਸ ਨੇ ਕੀਤਾ ਸੋ ਨਰਿੰਦਰ ਮੋਦੀ ਨੇ ਇੰਡੀਆ ਟੌਏ ਫੇਅਰ 2021 ਦਾ ਉਦਘਾਟਨ ਕੀਤਾ ਸੋ ਹਾਲ ਹੀ ਦੇ ਵਿੱਚ ਇੱਕ ਐਪ ਹੈ ਜੀ ਪੀਐਸਸੀ ਏਡੀਪ ਪੀਐਸਸੀ ਏਡੀਬ ਇਹ ਐਪ ਕਿੱਥੇ ਲਾਂਚ ਹੋਇਆ ਹੈ ਜੀ ਇਹ ਆਪਨੇ ਪੰਜਾਬ ਵਿੱਚ ਲਾਂਚ ਹੋਇਆ ਹੈ ਇਸ ਦਾ ਕੀ ਮੰਤਵ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਖੇਤੀਬਾੜੀ ਦਾ ਕੰਮ ਕਰਨਾ ਹੈ ਜਾਂ ਕੋਈ ਵੀ ਕੰਮ ਕਰਨਾ ਹੈ ਆਪਾਂ ਨੂੰ ਕਿੱਥੋਂ ਵਧੀਆ ਲੋਨ ਮਿਲ ਸਕਦਾ ਹੈ ਅਤੇ ਉਸ ਦੀ ਕੀ ਦਰ ਹੈ ਸੋ ਇਹ ਆਪਣੇ ਪੰਜਾਬ ਵਿੱਚ ਲਾਂਚ ਹੋਇਆ ਹੈ ਸੋ ਇਹ ਪੰਜਾਬ ਦੇ ਇਗਜ਼ਾਮ ਲਈ ਇੰਪੋਰਟੈਂਟ ਹੈ ਸੋ ਹਾਲੀ ਦੇ ਵਿੱਚ ਅਮਰੀਕਾ ਦੁਆਰਾ ਐਂਟੀ ਕ腐ਪਸ਼ਨ ਕਿਹੜੇ ਭਾਰਤ ਐਂਟੀ ਕ腐ਪਸ਼ਨ ਅਵਾਰਡ ਮਿਲਿਆ ਹੈ ਜੀ ਕਿਹੜੇ ਭਾਰਤੀ ਨੂੰ ਆਪਾਂ ਦੱਸਣਾ ਹੈ ਕਿ ਕਿਹੜੇ ਭਾਰਤੀ ਨੂੰ ਐਂਟੀ ਕ腐ਪਸ਼ਨ ਅਵਾਰਡ ਅਮਰੀਕਾ ਵੱਲੋਂ ਮਿਲਿਆ ਹੈ ਸੋ ਭਾਰਤੀ ਨੂੰ ਮਿਲਿਆ ਹੈ ਸੋ ਇਹ ਮਾਨ ਵਾਲੀ ਗੱਲ ਹੈ ਠੀਕ ਹੈ ਤੋ ਇਹ ਮਿਲਿਆ ਹੈ ਜੀ ਅੰਜਲੀ ਭਰਦਵਾਜ ਨੂੰ ਅੰਜਲੀ ਭਰਦਵਾਜ ਨੂੰ ਅਮਰੀਕਾ ਵੱਲੋਂ ਕੀ ਮਿਲਿਆ ਹੈ ਜੀ ਐਂਟੀ ਕਰਪਸ਼ਨ ਅਵਾਰਡ ਸੋ ਹਾਲ ਹੀ ਦੇ ਵਿੱਚ ਕੋਐਕਸ ਸਕੀਮ ਦੇ ਅੰਡਰ ਕੋਐਕਸ ਸਕੀਮ ਦੇ ਅੰਤਰਗਤ ਕੈਨਾਡਾ ਦੇਸ਼ ਨੂੰ ਕੈਨਾਡਾ ਦੇਸ਼ ਨੂੰ ਕੀ ਮਿਲਿਆ ਹੈ ਜੀ ਕੋਵਿਡ ਵੈਕਸੀਨ ਦੇ ਮੁਫਤ ਟੀਕੇ ਮਿਲੇ ਹਨ ਕਿਹੜੇ ਦੇਸ਼ ਨੂੰ ਮਿਲੇ ਹਨ ਕੈਨਾਡਾ ਦੇਸ਼ ਨੂੰ ਸੋ ਰੀਸੈਂਟਲੀ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਸੋ ਇਹ ਆਪਣੇ ਪੰਜਾਬ ਦੇ ਹਨ ਕੌਣ ਹਨ ਇਹ ਹਨ ਵਿਜੇ ਸੰਪਲਾ ਇਹਨਾਂ ਨੂੰ ਕੀ ਕੀ ਦਾ ਚੇਅਰਮੈਨ ਨਿਯੁਕਤ ਕੋਸ਼ਿਤ ਕੀਤਾ ਗਿਆ ਹੈ ਸੋ ਨੈਸ਼ਨਲ ਕਮਿਸ਼ਨ ਆਫ ਸ਼ਡਿਊਲ ਕਾਸਟ ਨੈਸ਼ਨਲ ਕਮਿਸ਼ਨਸ ਫॉर ਸ਼ਡਿਊਲ ਕਾਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜੀ ਵਿਜੇ ਸੰਪਲਾ ਸੋ ਇਹ ਸਾਡੇ ਐਗਜ਼ਾਮ ਲਈ ਇੰਪੋਰਟੈਂਟ ਹੋ ਸਕਦਾ ਹੈ ਸੋ এਸ਼ੀਆ ਦੇ ਸਭ ਤੋਂ ਵੱਡੇ ਪਸ਼ੂ ਪਾਰਕ ਦਾ ਉਦਘਾਟਨ ਕਿੱਥੇ ਕੀਤਾ ਗਿਆ ਹੈ ਪਸ਼ੂ ਪਾਰਕ ਦਾ ਕੈਟਲ ਪਾਰਕ ਦਾ ਉਦਘਾਟਨ এਸ਼ੀਆ ਦੇ ਸਭ ਤੋਂ ਵੱਡੇ ਇਹ ਹੈ ਜੀ ਰੀਸੈਂਟਲੀ తమిళనాడు ਵਿੱਚ తమిళనాడు ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਹੈ ਸੋ ਕਿਹੜਾ ਗੇਂਦਬਾਜ਼ ਹੈ ਜਿਸ ਨੇ 400 ਵਿਕਟ ਸਭ ਤੋਂ ਤੇਜ਼ 400 ਵਿਕਟ ਫਾਸਟੈਸਟ ਠੀਕ ਹੈ ਫਾਸਟੈਸਟ 400 ਵਿਕਟਸ ਕੌਣ ਲੈਂ ਵਾਲਾ ਟੈਸਟ ਕ੍ਰਿਕਟਰ ਬਣ ਗਿਆ ਹੈ ਜੀ ਰਵੀ ਚੰਦਰਨ ਅਸ਼ਵਿਨ ਆਰ ਅਸ਼ਵਿਨ ਠੀਕ ਹੈ ਸੋ ਇਹ ਕੌਣ ਹੈ ਜੀ ਨਿਰਵ ਮੋਦੀ ਨਿਰਵ ਮੋਦੀ ਠੀਕ ਹੈ ਸੋ ਅੱਤੇ ਮੈਨੇ ਬਲੈਕ ਪੈਨ ਯੂਜ਼ ਕਰਨਾ ਚਾਹੀਦਾ ਸੀ ਨਿਰਵ ਮੋਦੀ ਜੋ ਕਿ ਇੱਕ ਇਕਨੋਮਿਕਲ ਕ੍ਰਿਮੀਨਲ ਹੈ ਠੀਕ ਹੈ ਇਸ ਨੂੰ ਇਹ ਐਕਸਟਰਡੀਸ਼ਨ ਨੂੰ ਯਾਨੀ ਇਸ ਦੇ ਪ੍ਰਤੀਾਰਪਨ ਨੂੰ ਮਨਜ਼ੂਰੀ ਮਿਲ ਗਈ ਹੈ ਇਸ ਨੂੰ ਕਿੱਥੋਂ ਵਾਪਸ ਲਿਆ ਜਾਏਗਾ ਇੰਡੀਆ ਚੋਂ ਇੰਗਲੈਂਡ ਤੋਂ ਵਾਪਸ ਲਿਆਇਆ ਜਾਏਗਾ ਠੀਕ ਹੈ ਇਸਨੇ ਪੀਐਨਬੀ ਬੈਂਕ ਵਿੱਚ ਕਿੰਨੇ ਦਾ ਘੁਟਾਲਾ ਕੀਤਾ ਜੀ 15000 ਕਰੋੜ 15000 ਕਰੋੜ ਦਾ ਜੋ ਰੀਸੈਂਟਲੀ ਪ੍ਰਾਈਮ ਮਿਨਿਸਟਰ ਪਹਿਲੇ ਪ੍ਰਾਈਮ ਮਿਨਿਸਟਰ ਕਿਹੜੇ ਕੰਟਰੀ ਦੇ ਪਹਿਲੇ ਪ੍ਰਾਈਮ ਮਿਨਿਸਟਰ ਕੀ ਨਾਮ ਸੀ ਜੀ ਮਾਈਕਲ ਸੋਮਰੋ ਮਾਈਕਲ ਸੋਮਰੋ ਇਹਨਾਂ ਦੀ ਡੈਥ ਹੋਈ ਹੈ ਜੀ ਇਹਨਾਂ ਦਾ ਕੰਟਰੀ ਕਿਹੜੀ ਸੀ ਜੀ ਪਾਪੂਆ ਨਿਊ ਗਿਨੀ ਪਾਪੂਆ ਨਿਊ ਗਿਨੀ ਇੱਕ ਟਾਪੂ ਆਇਲੈਂਡ ਟਾਪੂ ਦੇਸ਼ ਹੈ ऑस्ट्रेलिया तो ऊपर है ठीक है, है पापुआ न्यू गिनी तो यह क्वेश्चन भी थे एग्जाम लंपोरटेंट है mm -hmm. आल इंडिया टेनिस फेडरेशन ऑफ इंडिया मतलब टेबल टेनिस फेडरेशन ऑफ इंडिया टेबल टेनिस फेडरेशन ऑफ इंडिया के नवे प्रधान किसान बनाया गया है यह बनाया गया जी तस्वीर से तुम देख सकते हो दुष्यंत चौटाला दुष्यंत चौटाला न बनाया गया है टेबल टैनिस फैडरेशन ऑफ इंडिया का प्रधान ਇਰਾਕਲੀ ਗ੍ਰਿਪਸ਼ਵਲੀ ਰਾਖਲੀ ਗ੍ਰਿਪਸ਼ਵਲੀ ਕਿਹੜੇ ਦੇਸ਼ ਦੇ ਨਵੇਂ ਪ੍ਰਾਈਮ ਮਿਨਿਸਟਰ ਬਣ ਚੁੱਕੇ ਹਨ ਇਰਾਕਲੀ ਗ੍ਰਿਪਸ਼ਵਲੀ ਬਣ ਚੁੱਕੇ ਹਨ ਜੀ 조ਰਜੀਆ ਦੇ ਨਵੇਂ ਪ੍ਰਾਈਮ ਮਿਨਿਸਟਰ ਇਰਾਕਲੀ ਗ੍ਰਿਪਸ਼ਵਲੀ ਬਣ ਚੁੱਕੇ ਹਨ ਜੀ 조ਰਜੀਆ ਦੇ ਨਵੇਂ ਪੀਐਮ ਠੀਕ ਹੈ ਅਤੇ 조ਰਜੀਆ ਪਹਿਲੇ ਸូវੀਟ ਯੂਨੀਅਨ ਦਾ ਪਾਰਟ ਹੁੰਦਾ ਸੀ ਜੋ ਕਿ 1991 ਵਿੱਚ ਇਸ ਤੋਂ ਅਲੱਗ ਹੋ ਗਿਆ ਕੋ ਕਿਹੜਾ ਦੇਸ਼ ਜੂਨ 2021 ਤੱਕ ਐਫਏਟੀ ਦੀ ਗ੍ਰੇ ਲਿਸਟ ਵਿੱਚ ਰਹੇਗਾ ਸੋ ਐਫਏਟੀਐਫ ਕੀ ਹੁੰਦਾ ਹੈ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਠੀਕ ਹੈ ਇਹ ਸੂਚੀ ਜਾਰੀ ਕਰਦੀ ਹੈ ਕਿ ਕਈਆਂ ਨੂੰ ਇਹ ਗ੍ਰੇ ਲਿਸਟ ਰੱਖਦੀ ਹੈ ਕਈਆਂ ਨੂੰ ਇਹ ਬਲੈਕ ਲਿਸਟ ਵੀ ਕਰ ਦਿੰਦੀ ਹੈ ਮਤਲਬ ਜਿਹੜੇ ਦੇਸ਼ਾਂ ਵਿੱਚ ਅਤੰਕ ਜੋ ਵੀ ਵਿਦੇਸ਼ੀ ਨਿਵੇਸ਼ ਆ ਰਿਹਾ ਹੈ ਅਗਰ ਉਹ ਦੇਸ਼ ਉਸ ਨੂੰ आतंकवाद बढ़ावाਉਣ ਵਿੱਚ ਯੂਜ਼ ਕਰਦਾ ਹੈ ਤਾਂ ਉਸ ਨੂੰ ਉਸਤੇ ਜਾਂਚ ਹੁੰਦੀ ਪੂਰੀ ਅਤੇ ਪਾਕਿਸਤਾਨ ਇਸ ਵਾਰੀ ਗ੍ਰੇ ਲਿਸਟ ਹੈ ਅਤੇ ਗ੍ਰੇ ਲਿਸਟ ਵਿੱਚ ਕਦ ਤੱਕ ਬਣਿਆ ਰਹੇਗਾ ਜੂਨ 2020 1 ਤੱਕ ਠੀਕ ਹੈ ਉਸ ਤੋਂ ਬਾਅਦ ਇਸ ਬਾਰੇ ਹੋਰ ਫੈਸਲਾ ਲਿਆ ਜਾਏਗਾ। ਉਹ ਕਿਹੜੀ ਯੂਟੀ ਵਿੱਚ ਕਾਰਬਨ ਵਾਚ ਸ਼ੁਰੂ ਕੀਤੀ ਗਈ ਹੈ ਆਪਾਂ ਜੋ ਕਾਰਬਨ ਉਤਸਰਜਨ ਕਰਦੇ ਹਾਂ ਠੀਕ ਹੈ ਉਸ ਦਾ ਪਤਾ ਲਗਾਉਣ ਲਈ ਇੱਕ ਕਾਰਬਨ ਵਾਚ ਚੰਡੀਗੜ੍ਹ ਵਿੱਚ ਲਾਂਚ ਕੀਤੀ ਗਈ ਹੈ ਠੀਕ ਹੈ ਨਵਾਂ ਇਨੀਸ਼ੀਏਟਿਵ ਹੈ ਚੰਡੀਗੜ੍ਹ ਵਿੱਚ ਕਾਰਬਨ ਵੋਚ ਲਾਂਚ ਕੀਤੀ ਗਈ ਹੈ। ਤੋਂ ਟਾਟਾ ਇਨੋਵੇਸ਼ਨ ਫੈਲੋਸ਼ਿਪ ਲਈ ਹਾਲ ਹੀ ਦੇ ਵਿੱਚ ਕਿਸ ਨੂੰ ਚੁਣਿਆ ਗਿਆ ਹੈ? ਤੋਂ ਉਤਮਾ ਲਹਿਰੀ ਨੂੰ ਹਾਲ ਹੀ ਦੇ ਵਿੱਚ ਚੁਣਿਆ ਗਿਆ ਹੈ ਟਾਟਾ ਇਨੋਵੇਸ਼ਨ ਫੈਲੋਸ਼ਿਪ ਲਈ ਕਿਸ ਨੂੰ ਚੁਣਿਆ ਗਿਆ ਹੈ ਉਤਮਾ ਲਹਿਰੀ ਨੂੰ। ਤੋਂ ਨੈਸ਼ਨਲ ਸਾਇੰਸ ਡੇ ਫੈਬ ਦਾ ਲਾਸਟ ਡੇ ਆਪਣਾ ਨੈਸ਼ਨਲ ਸਾਇੰਸ ਡੇ ਕਦੋਂ ਮਨਾਇਆ ਜਾਂਦਾ ਹੈ ਜੀ 28 ਫੈਬ ਨੂੰ 28 ਫੈਬ ਨੂੰ ਇਸ ਦਿਨ ਭਾਰਤ ਨੇ ਕੱਲ ਕੀ ਕੀਤਾ ਹੈ ਜੀ ਇਸ ਦਿਨ ਭਾਰਤ ਨੇ ਬਹੁਤ ਸਾਰੇ ਇਸਰੋ ਨੇ ਬਹੁਤ ਸਾਰੇ ਰੋਕੇਟ ਲਾਂਚ ਕੀਤੇ ਹਨ ਅਤੇ ਅਮਾਜ਼ੋਨੀਆ 1 ਵੀ ਲਾਂਚ ਕੀਤਾ ਹੈ ਜੋ ਕਿਸ ਦੇਸ਼ ਦਾ ਹੈ ਜੀ ਬ੍ਰਾਜ਼ੀਲ ਦਾ ਸੋ ਬ੍ਰਾਜ਼ੀਲ ਦੀ ਆਪਾਂ ਹੈਲਪ ਕੀਤੀ ਹੈ ਉਹਨਾਂ ਦਾ ਸੈਟੇਲਾਈਟ ਲਾਂਚ ਕੀਤਾ ਹੈ ਜੀ ਅਮਾਜ਼ੋਨੀਆ 1 ਕੱਲ ਹੀ ਕੱਲ ਦੇ ਹੀ ਦਿਨ ਨੈਸ਼ਨਲ ਸਾਇੰਸ ਡੇ ਨੂੰ ਠੀਕ ਹੈ ਸੋ ਲਾਲ ਟੇਨ ਫੈਸਟੀਵਲ ਲਾਲਟੇਨ ਫੈਸਟੀਵਲ ਮਨਾਇਆ ਜਾ ਰਿਹਾ ਹੈ ਜੀ ਚਾਈਨਾ ਇਹ ਨਵੇਂ ਸਾਲ ਦੇ 15ਵੇਂ ਦਿਨ ਨਵੇਂ ਸਾਲ ਦੇ 15ਵੇਂ ਦਿਨ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਉਹਨਾਂ ਦਾ ਨਵਾਂ ਸਾਲ ਸੋ ਨੇਮ ਦਾ ਇੰਡੀਅਨ Who has appointed the UN assistant secretary so UN ਦੇ ਜੋ ਜਰਨਲ ਸਕੱਤਰ ਹੀ ਹਨ ਜਰਨਲ ਸਕੱਤਰ ਹੀ ਹਨ ਉਹ ਤੱਕ ਕੌਣ ਹਨ ਐਂਟੋਨੀਆ ਗੁਟਾਰੇਸ ਐਂਟੋਨੀਓ ਗੁਟੇਰੇਸ ਠੀਕ ਹੈ ਉਹ ਕਿੱਥੋਂ ਦੇ ਹਨ ਜੀ? ਪੁਰਤਗਾਲ ਦੇ ਹਨ। ਠੀਕ ਹੈ। ਉਹਨਾਂ ਨੇ ਆਪਣਾ ਅਸਿਸਟੈਂਟ ਸੈਕਟਰੀ ਜਨਰਲ ਕਿਸ ਨੂੰ ਬਣਾਇਆ ਹੈ? ਸੋ ਉਹਨਾਂ ਨੇ ਆਪਣਾ ਅਸਿਸਟੈਂਟ ਸੈਕਟਰੀ ਜਨਰਲ ਬਣਾਇਆ ਹੈ ਜੀ ਲੀਗਿਆ ਨਰੋਨਹਾ ਲੀਗਿਆ ਨਰੋਨਹਾ। ਸੋ ਵਰਲਡ ਐਨਜੀਓ ਡੇ ਐਨਜੀਓ ਕੀ ਹੁੰਦਾ ਹੈ ਜੀ? ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਜੋ ਆਪਨੇ ਤਰਫੋਂ ਹੀ ਸੇਵਾ ਕਰਦੇ ਹਨ ਅਤੇ ਗਵਰਨਮੈਂਟ ਦੇ ਅੰਡਰ ਨਹੀਂ ਹੁੰਦੇ। ਸੋ ਵਰਲਡ ਐਨਜੀਓ ਡੇ ਮਨਾਇਆ ਜਾਂਦਾ ਹੈ ਜੀ 27 ਫਰਵਰੀ ਨੂੰ 27 ਫਰਵਰੀ ਨੂੰ ਕੀ ਮਨਾਇਆ ਜਾਂਦਾ ਹੈ ਵਰਲਡ ਐਨਜੀਓ ਡੇ ਸੋ ਜੀ 20 ਜੀ 20 ਜੋ ਦੇਸ਼ ਹਨ ਉਹਨਾਂ ਦੇ ਸੈਂਟਰਲ ਬੈਂਕ ਗਵਰਨਰਸ ਦੀ ਮੀਟਿੰਗ ਹੋਈ ਹੈ ਸੈਂਟਰਲ ਬੈਂਕਸ ਗਵਰਨਰਸ ਦੀ ਮੀਟਿੰਗ ਹੋਈ ਹੈ ਆਪਾਂ ਇੱਥੇ ਦੱਸਣਾ ਹੈ ਕਿ ਇੰਡੀਆ ਦੀ ਤਰਫ ਤੋਂ ਇਸ ਵਿੱਚ ਹਿੱਸਾ ਕਿਸ ਨੇ ਲਿਆ ਸੋ ਇਸ ਵਿੱਚ ਹਿੱਸਾ ਲਿਆ ਜੀ ਨਿਰਮਲਾ ਸੀ타 ਰਮਨ ਨੇ ਇੱਥੇ ਤੁਹਾਨੂੰ ਲੱਗਿਆ ਹੋਵੇਗਾ ਕਿ ਸੈਂਟਰਲ ਬੈਂਕ ਤਾਂ ਆਪਣਾ ਰਿਜ਼ਰਵ ਬੈਂਕ ਹੈ ਜੀ ਉਹਨਾਂ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਲਿਆ ਹੋਣਾ ਪਰ ਇਹ ਨਹੀਂ ਹੈ ਨਿਰਮਲਾ ਸੀ타 ਰਮਨ ਜੀ ਨੇ ਜੀ 20 ਦੇ ਸੈਂਟਰਲ ਬੈਂਕ ਗਵਰਨਰਸ ਮੀਟਿੰਗ ਦੀ ਵਿੱਚ ਹਿੱਸਾ ਲਿਆ ਹੈ ਭਾਰਤ ਦੀ ਤਰਫੋਂ ਸੋ ਕਿਹੜੀ ਸਟੇਟ ਨੇ ਆਪਣੇ ਬਜਟ ਲਈ ਇੱਕ ਐਪ ਲਾਂਚ ਕੀਤਾ ਹੈ ਸੋ ਰੀਸੈਂਟਲੀ ਗੁਜਰਾਤ ਨੇ ਗੁਜਰਾਤ ਬਜਟ ਐਪ ਨਾਮ ਕਰਕੇ ਇੱਕ ਐਪ ਲਾਂਚ ਕੀਤੀ ਹੈ ਠੀਕ ਹੈ ਜਿਸ ਵਿੱਚ ਬਜਟ ਦਾ ਸਾਰਾ ਵੇਰਵਾ ਜਨਤਾ ਦੇ ਸਾਹਮਣੇ ਸ਼ੋ ਕੀਤਾ ਗਿਆ ਹੈ ਠੀਕ ਹੈ ਸੋ ਆਪਾਂ ਪਹਿਲੇ ਵੀ ਡਿਸਕਸ ਹੋਣੀ ਕੀਤਾ ਸੀ ਕਿ 28 ਫਰਵਰੀ ਨੂੰ ਇਸਰੋ ਨੇ ਲਾਂਚ ਕੀਤਾ ਹੈ ਜੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਲਾਂਚ ਕੀਤਾ ਹੈ ਜੀ ਇੱਕ ਸੈਟੇਲਾਈਟ ਕਿਸ ਦਾ ਬ੍ਰਾਜ਼ੀਲ ਦਾ ਠੀਕ ਹੈ ਕੀ ਨਾਮ ਹੈ ਸੈਟੇਲਾਈਟ ਦਾ ਅਮਾਜ਼ੋਨੀਆ 1 ਇਹ ਇੱਕ ਅਰਥ ਆਬਜ਼ਰਵੇਸ਼ਨਰ ਸੈਟੇਲਾਈਟ ਹੈ ਠੀਕ ਹੈ ਤਾਂ ਕਿ ਇਸ ਇਸ ਨਾਲ ਕੀ ਪਤਾ ਲੱਗੇਗਾ ਕਿ ਜੋ ਅਮਾਜ਼ੋਨ ਦੇ ਜੰਗਲ ਹਨ ਉਹਨਾਂ ਵਿੱਚ ਕਿਤੇ ਅੱਗ ਲੱਗੀ ਹੈ ਤਾਂ ਉਸ ਬਾਰੇ ਪਹਿਲਾਂ ਹੀ ਬ੍ਰਾਜ਼ੀਲ ਦੀ ਗਵਰਨਮੈਂਟ ਨੂੰ ਪਤਾ ਲੱਗ ਜਾਏਗਾ ਠੀਕ ਹੈ ਇਹ ਇਸ ਦਾ ਪੂਰਾ ਵਿਕਸਿਤ ਇਸ ਨੂੰ ਬ੍ਰਾਜ਼ੀਲ ਵਿੱਚ ਹੀ ਕੀਤਾ ਗਿਆ ਅਤੇ ਇਸਰੋ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ ਇਸ ਦੇ ਨਾਲ 18 ਹੋਰ ਸੈਟੇਲਾਈਟ ਇਸਰੋ ਦੁਆਰਾ ਲਾਂਚ ਕੀਤੇ ਗਏ ਟੋਟਲ 19 ਸੈਟੇਲਾਈਟ ਕੱਲ ਲਾਂਚ ਕੀਤੇ ਗਏ 28 ਫਰਵਰੀ ਨੂੰ ਨੈਸ਼ਨਲ ਸਾਇੰਸ ਡੇ ਨੂੰ ਠੀਕ ਹੈ ਸੋ ਦਾ ਡੱਚ ਲੋਰੀਅਟ ਡਾਈਡ ਰੀਸੈਂਟਲੀ ਸੋ ਇਹਨਾਂ ਦੀ ਡੈਥ ਹੋ ਗਈ ਹੈ ਰੀਸੈਂਟਲੀ ਇਹਨਾਂ ਨੇ ਕੀ ਕੰਮ ਕੀਤਾ ਸੀ ਐਂਥਰੋਪੋਸੀਨ ਨਾਮ ਦੀ ਇੱਕ ਟਰਮ ਲਾਂਚ ਕੀਤੀ ਸੀ ਤੇ ਤੇ ਇਹਨਾਂ ਨੇ अर्ली वार्निंग ਦਿੱਤੀ ਸੀ ਕਿਸ ਬਾਰੇ ओजोन होल ਦੇ ਬਾਰੇ ओजोन होल ਦੇ ਬਾਰੇ ਆਪਾਂ ਨੂੰ ਪਤਾ ਹੈ ਕਿ ओजोन ਆਪਣੀ ਪ੍ਰੋਟੈਕਟਿਵ ਲੇਅਰ ਹੈ ਜੋ ਕਿ ਜਿਸ ਵਿੱਚ ਛੇਦ ਹੋ ਰਹੇ ਹਨ ਬਹੁਤ ਸਾਰੇ ਠੀਕ ਹੈ ਇਸ ਛੇਦ ਕਿਉਂ ਹੋ ਰਹਾ ਕਿਉਂ ਰਹੇ ਹਨ ਕਿਉਂਕਿ ਆਪਾਂ ক্লোরোਫਲੋਰੋ ਕਾਰਬਨ ਯਾਨੀ ਕਿ CFC ਦਾ ਉਤਸਰਜਨ ਕਰ ਰਹੇ ਹਾਂ ਠੀਕ ਹੈ ਜੋ ਕਿ CFC ਗੈਸ ਆਪਨੇ ਹੁੰਦੀ ਹੈ ਰੈਫਰਿਜਰੇਟਰ ਵਿੱਚ 에어 ਕੰਡੀਸ਼ਨਰਸ ਵਿੱਚ ਵੀ ਹੁੰਦੀ ਹੈ ਠੀਕ ਹੈ ਅਤੇ ਇਹ ਜਾ ਕੇ ਉੱਪਰ ਸਿੱਧਾ ਆਪਣੀ ਓਜ਼ੋਨ ਲੇਅਰ ਵਿੱਚ ਹੋਲ ਕਰ ਦਿੰਦੀ ਹੈ ਅਤੇ ਜਿਸ ਨਾਲ ਸਨ ਦੀ ਹਾਨੀਕਾਰਕ ਪਰਾਬੈਂਗਨੀਆ ਕਿਰਨਾ ਆਪਣੀ ਅਰਥ ਤੇ ਪਹੁੰਚ ਜਾਂਦੀਆਂ ਹਨ ਅਤੇ ਜੋ ਕਿ ਇੱਕ ਕੈਂਸਰ ਕੌਜ਼ਿੰਗ ਏਜੈਂਟ ਹਨ ਠੀਕ ਹੈ ਸੋ ਇਹ ਜੋ ਵਿਗਿਆਨਿਕ ਸਨ ਇਹਨਾਂ ਨੇ ਇਸ ਬਾਰੇ ਓਜ਼ੋਨ ਹੋਲ ਦੇ ਅਰਲੀ ਵਾਰਨਿੰਗ ਦਿੱਤੀ ਕਿ ਓਜ਼ੋਨ ਵਿੱਚ ਹੋਲ ਹੋ ਰਿਹਾ ਹੈ ਆਪਾਂ ਅਜੇ ਵੀ ਇਸ ਨੂੰ ਰੋਕ ਸਕਦੇ ਹਾਂ ਠੀਕ ਹੈ ਸੋ ਓਜ਼ੋਨ ਵਿੱਚ ਹੋਲ ਦੀ ਅਰਲੀ ਵਾਰਨਿੰਗ ਚੇਤਾਵਨੀ ਦਿੱਤੀ ਸੀ ਪੌਲ ਜੋਸਫ Crutzen ਨੇ Paul Joseph Crutzen so more jungle more jungle and no your forest land more jungle and no your forest land ਠੀਕ ਹੈ ਜੀ ਇਹ ਦੋ ਐਪ ਹਨ ਕਿੰਨਾ ਨੇ ਲਾਂਚ ਕੀਤਾ ਹੈ ਸੋ ਇਹ ਦੋ ਐਪ ਲਾਂਚ ਕੀਤੇ ਹੈ ਜੀ ਓਡੀਸ਼ਾ ਗਵਰਨਮੈਂਟ ਓਡੀਸ਼ਾ ਦੇ ਗਵਰਨਰ ਹਨ ਜੀ ਨਵੀਨ ਪਟਨਾਇਕ ਅਤੇ ਰਾਜਧਾਨੀ ਹੈ ਜੀ ਭੁਵਨੇਸ਼ਵਰ ਠੀਕ ਹੈ ਇਹ ਐਪ ਇਹਨਾਂ ਨੇ ਕਿਉਂ ਲਾਂਚ ਕੀਤੇ ਹੈ ਤਾਂ ਕਿ ਲੋਕਾਂ ਨੂੰ ਵੀ ਆਪਦੇ ਜੰਗਲ ਬਾਰੇ ਪੂਰੀ ਨੋਲਿਜ ਹੋਵੇ ਓਡੀਸਾ ਵਿੱਚ ਕਿੱਥੇ ਕਿੱਥੇ ਜੰਗਲ ਹਨ ਅਤੇ ਕਿੰਨੇ ਪਰਸੈਂਟ ਜੰਗਲ ਹਨ ਸੋ ਤਾਂਕਿ ਲੋਕਾਂ ਵਿੱਚ ਜੰਗਲ ਪ੍ਰਤੀ ਅਵੇਅਰਨੈਸ ਵੀ ਪੈਦਾ ਹੋਵੇ ਠੀਕ ਹੈ ਸੋ ਨੈਕਸਟ ਕੁਐਸਚਨ ਕਿਹੜੇ ਭਾਰਤੀ ਕ੍ਰਿਕਟਰ ਨੇ ਹਾਲ ਹੀ ਦੇ ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਹੈ ਸੋ ਆਪਾਂ ਤਸਵੀਰ ਵਿੱਚ ਦੇਖ ਸਕਦੇ ਹਾਂ ਯੂਸਫ ਪਠਾਨ ਨੇ ਯੂਸਫ ਪਠਾਨ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰन्यास ਲੈਣ ਦਾ ਫੈਸਲਾ ਲੈ ਲਿਆ ਠੀਕ ਹੈ ਸੋ ਇੱਕ ਫੈਸਟੀਵਲ ਹੈ ਜੀ ਅਟੂਕਲ ਪੋਂਗਲਾ ਉਤਸਵ ਅਟੂਕਲ ਪੋਂਗਲਾ ਉਤਸਵ ਅਟੂਕਲ ਪੋਂਗਲਾ ਸ ਮਨਾਇਆ ਗਿਆ ਹੈ ਜੀ ਕੇਰਲਾ ਵਿੱਚ ਅਟੂਕਲ ਪੋਂਗਲਾ ਉਤਸਵ ਮਨਾਇਆ ਗਿਆ ਹੈ ਜੀ ਕੇਰਲਾ ਵਿੱਚ ਇਸ ਤੋਂ ਪਹਿਲਾਂ ਆਪਾਂ ਕਿਹੜਾ ਵੇਖਿਆ ਸੀ ਜੀ ਇਸ ਤੋਂ ਪਹਿਲਾਂ ਆਪਾਂ ਦੇਖਿਆ ਸੀ ਜੀ ਉਤਸਵਮ 2021 ਇਹ ਵੀ ਕੇਰਲਾ ਵਿੱਚ ਮਨਾਇਆ ਗਿਆ ਐਂਡ ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਵੀ ਕੇਰਲਾ ਵਿੱਚ ਕੀਤੀ ਗਈ ਹੈ ਸੋ ਇਹ ਪੁਆਇੰਟਸ ਤੁਸੀਂ ਯਾਦ ਰੱਖਣੇ ਹਨ ਸੋ ਲਾਸਟ ਕੁਐਸਚਨ ਹੈ ਆਪਣਾ 온 ਇੰਡੀਅਨ ਕਿਹੜੀ ਇੰਡੀਅਨ ਪ੍ਰਾਈਵੇਟ ਕੰਪਨੀ ਹੈ ਇੰਡੀਅਨ ਪ੍ਰਾਈਵੇਟ ਐਂਟੀਟੀ ਹੈ ਜੋ ਕੀ ਮਿਲਟਰੀ 에ਅਰਕ੍ਰਾਫਟ ਦੇ ਨਿਰਮਾਣ ਚਵੀ ਹੁਣ ਸਹਾਇਤਾ ਕਰੇਗੀ ਜਾਂ ਮਿਲਟਰੀ 에ਅਰਕ੍ਰਾਫਟ ਦਾ ਨਿਰਮਾਣ ਵੀ ਕਰਨ ਜਾ ਰਹੀ ਹੈ ਸੋ ਟਾਟਾ ਗਰੁੱਪ ਸੋ ਆਪਣਾ ਟਾਟਾ ਗਰੁੱਪ ਮਿਲਟਰੀ 에ਅਰਕ੍ਰਾਫਟ ਵੀ ਹੁਣ ਬਣਾਏਗਾ ਠੀਕ ਹੈ ਜੀ ਸੋ ਇਹ ਆਪਣੇ ਕੁਝ ਕੋਰਸ ਹਨ ਇਹਨਾਂ ਬਾਰੇ ਤੁਸੀਂ ਡਿਸਕ੍ਰਿਪਟਿਵ ਨੋਲਿਜ ਲੈ ਸਕਦੇ ਹੋ ਇਸ ਲਈ ਤੁਸੀਂ ਟੈਟ ਬਜ਼ਰ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਤੇ ਇਸ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਠੀਕ ਹੈ ਜੀ ਸੋ ਦਿਸ ਇਜ਼ ਦ ਐਂਡ ਆਫ आवर ਵੀਡੀਓਸ ਥੈਂਕ ਯੂ ਫॉर ਲਿਸਨਿੰਗ ਐਂਡ ਯੂ ਕੈਨ ਜੁਆਇਨ आवर ਟੈਲੀਗ੍ਰਾਮ ਚੈਨਲ ਲਾਈਕ आवर ਫੇਸਬੁਕ ਪੇਜ ਐਂਡ ਫੋਲੋ ਔਨ ਇੰਸਟਾਗ੍ਰਾਮ ਠੀਕ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਐਂਡ ਆਪਣੇ ਕਮੈਂਟਸ ਵੀ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦਾ ਇਹ ਲੈਕਚਰ ਲੱਗਿਆ ਜੀ ਸੋ ਥੈਂਕ ਯੂ